ਕਿੱਦਾਂ ਗਾਈਸ, ਜਿਵੇਂ ਤੁਹਾਨੂੰ ਪਤਾ ਕਿ ਆਪਣੇ ਘਰ ਅੱਜ ਸੁਬਾ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ ਆ। ਸੋ ਦੁੱਧ ਵੱਧ ਗਿਆ ਤੇ ਆਪਾਂ ਹੁਣ ਬਣਾਉਣ ਲੱਗੇ ਆ ਖੋਆ। ਦੁੱਧ ਵਧਣ ਦਾ ਕਾਰਨ ਇਹ ਆ, ਵੈਸੇ ਤਾਂ ਆਪਾਂ ਦੁੱਧ ਲਈ ਅਨਾਉਂਸ ਨਹੀਂ ਕੀਤਾ ਸੀ ਕਿਉਂਕਿ ਆਪਣਾ ਖੁਦ ਹੀ ਡੈਰੀ ਦਾ ਕੰਮ ਹੈ, ਤੇ ਪਰ ਫਿਰ ਵੀ ਕਾਫੀ ਸਾਰਾ ਦੁੱਧ ਆਪਾਂ ਨੂੰ ਆ ਗਿਆ ਸੀ ਤੇ ਦੁੱਧ ਵੱਧ ਗਿਆ ਤੇ ਹੁਣ ਆਪਾਂ ਬਣਾਉਨੇ ਆ ਖੋਆ। ਕਮਲ ਨੂੰ ਇੱਕਦਮ ਹੋਈ ਆ ਖੋਏ ਦੀ ਕ੍ਰੇਵਿੰਗ। वैसे ਤੁਸੀਂ ਕਹਿੰਦੇ ਮੈਂ ਡਾਈਟ ਤੇ ਆਂ ਤੇ ਹੁਣ ਖੋਆ ਖਾਣ ਲਈ ਤਿਆਰ ਹੋ ਗਏ ਹੋ? ਹੁਣ ਦੁੱਧ ਖਰਾਬ ਕਰਨਾ ਹੀ 15 ਦਿਨ। ਅੱਛਾ, ਲੈ ਕਰਦੇ ਆਪਾਂ ਕੀ ਬਣਾਉਣਾ ਵੀ ਤੂੰ ਕਿ ਖੋਆ ਖੋਆ ਕੀ ਬਣਾਉਣਾ? ਖੋਆ ਖੋਆ ਹਾਂਜੀ, ਖਾਵਾਂਗੇ ਖੋਆ। ਖੋਆ ਦਿਖਾਉਣੇ ਆ ਤੁਹਾਨੂੰ ਫਿਰ। ਖੋਆ ਬੱਚਾ ਹੈ, ਦੁੱਧ ਕਰਦੇ ਆ ਵਿੱਚ ਐਡ। लो जी कढ़ाई च आपां दुध ऐड करता जिहड़ा बचिया होया गा। जी हुण आपां इहदे च कंटिन्यू इदां खुरचना मारी जावांगे। ਕਿੰਨਾ ਕੁ ਹੋਊਗਾ ਇਹ ਦੁੱਧ? ਇਹ 10 ਕਿਲੋ ਦੀ ਬਾਲਟੀ ਤੇ 13 14 ਕਿਲੋ ਦੁੱਧ। 13 14 ਕਿਲੋ, 13 ਕਿਲੋ ਮੈਕਸਿਮਮ। ਤੇ ਜਿਹੜਾ ਬਾਕੀ ਵੀ ਪਿਆ ਥੋੜਾ ਜਿਹਾ ਵਿੱਚ ਫ੍ਰਿਜ 'ਚ, ਉਹਦਾ ਪਨੀਰ ਪਾੜ ਦੇ। ਪਨੀਰ ਬਣਾਉਣਾ? ਖੋਆ ਦਾ ਆਪਣਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ, ਆਪ ਨਿਕਲਣ ਲੱਗ ਚੁੱਕੀ ਹੈ। ਜਦੋਂ ਤੱਕ ਇਹ ਕੜ ਕੜ ਕੇ ਬਿਲਕੁਲ ਥੋੜ੍ਹਾ ਜਿਹਾ ਨਹੀਂ ਰਹੇਗਾ, ਆਪਾਂ ਕੰਟੀਨਿਊ ਇਹਨੂੰ ਖੁਰਚਣਾ ਇਹਦੇ ਵਿੱਚ ਇੱਦਾਂ ਹੀ ਮਾਰੀ ਜਾਣਾ ਵਾ ਅਤੇ ਫਿਰ ਇੱਦਾਂ ਇਹਦਾ ਹੋਊਗਾ ਖੋਆ। ਜੀ ਦੁੱਧ ਆਪਣਾ ਉਬਲਣਾ ਸ਼ੁਰੂ ਹੋ ਗਿਆ ਅਤੇ ਹੁਣ ਆਪਾਂ ਇੱਥੇ ਸ਼ਿਫਟ ਵੀ ਚੇਂਜ ਕਰਤੀ ਆ ਅਤੇ ਮੰਮੀ ਨੇ ਰੋਟੀ ਖਾ ਲਈ ਆ ਅਤੇ ਮੰਮੀ ਇੱਥੇ ਖੋਆ ਬਣਾਉਣ ਲੱਗ ਗਏ ਅਤੇ ਕਮਲ ਹੁਣ ਰੋਟੀ ਖਾਣ ਚਲੇ ਗਏ ਆ। ਹਜੇ ਇਹਨੂੰ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜਾਣਾ। ਡੈਡੀ ਵੀ ਰੋਟੀ ਖਾ ਰਹੇ ਆ, ਲੰਗਰ ਚੱਲ ਰਿਹਾ। ਜ਼ਿਆਦਾ ਵੀ ਨਹੀਂ ਅੱਗ ਕਰਨੀ ਹੁੰਦੀ, ਜੇ ਆਪਾਂ ਜ਼ਿਆਦਾ ਅੱਗ ਕਰਾਂਗੇ, ਵੈਸੇ ਇਹ ਤਾਂ ਕੜਾਹੀ ਵੱਡੀ ਆਪਣਾ ਦੁੱਧ ਘੱਟ ਆ ਅਤੇ ਨਹੀਂ ਫਿਰ ਇਹਨੂੰ ਉਬਲਣ ਦਾ ਡਰ ਰਹਿੰਦਾ। ਹਾਂਜੀ ਇੱਧਰ ਖੋਆ ਕੱਢਣ ਵਾਲਿਆਂ ਨੂੰ ਭੁੱਖ ਲੱਗਿਆ ਜੀ, ਕੀ ਗੱਲ ਆ ਛੇਤੀ ਉੱਠਿਆ ਏ? ਕਿਉਂ ਕੀ ਗੱਲ, ਦਿਖਾਉਣਾ ਤੁਹਾਡੇ ਰੋਟੀ ਖਾਂਦੇ ਅੱਜ? ਸਾਰੀ ਖਾਂਦੇ ਮੈਂ ਕਹਿੰਦਾ। ਲਓ ਜੀ 7 ਵਜ ਚੁੱਕੇ ਆ ਅਤੇ ਸ਼ਿਫਟ ਫੇਰ ਤੋਂ ਚੇਂਜ ਹੋ ਗਈ ਆ। ਮੰਮੀ ਦੇਖਣ ਲੱਗ ਗਈ ਆਪਦਾ ਸੀਰੀਅਲ ਅਤੇ ਕਮਲ ਫੇਰ ਤੋਂ ਲੱਗੇ ਹੋਏ ਆ ਖੋਆ ਕੱਢਣ। ਲੱਗਦਾ ਇਹਨਾਂ ਨੇ ਥੱਲੇ ਹੀ ਲਾ ਦੇਣਾ ਖੋਆ ਕਿਉਂਕਿ ਇਹਨਾਂ ਦੇ ਨਾਲ ਨਾਲ ਲੂਡੋ ਖੇਡ ਰਹੇ ਹੈਗੇ। ਇਹਨਾਂ ਦੀ ਇਹ ਲੂਡੋ ਗੇਮ ਨੇ ਨਾ ਬਹੁਤ ਤੰਗ ਕੀਤਾ ਹੋਇਆ, ਸਾਰੇ ਘਰ ਦੇ ਬਹੁਤ ਪਰੇਸ਼ਾਨ ਆ ਇਹਨਾਂ ਦੇ ਲੂਡੋ ਖੇਡਣ ਤੋਂ ਅਤੇ ਮੈਂ ਤਾਂ ਆਪ ਖੁਦ ਬਹੁਤ ਪਰੇਸ਼ਾਨ ਆਗੇ। ਸਾਰਾ ਦਿਨ ਲੂਡੋ ਲੂਡੋ ਝੁੱਠੇ ਸੁਨੀਤਾ ਚੌਧਰੀ। ਹਾਂਜੀ 8 ਵੱਜ ਗਏ ਆ ਯਾਰ, ਘੱਟ ਨਹੀਂ ਹੋਇਆ ਦੁੱਧ ਤਾਂ ਉਨਾ ਹੀ ਪਿਆ ਗਾ। ਕੰਮ ਆਪਣਾ ਚੱਲੀ ਜਾਂਦਾ, ਮੈਂ ਤਾਂ ਕਿਤੇ ਘੰਟਾ ਡੇਢ ਘੰਟੇ ਲੱਗੂ, ਇਹ ਤਾਂ ਕਾਫੀ ਲੱਗਣਾ ਮੇਰੇ ਹਿਸਾਬ ਚ। ਹੈਂ ਤੂੰ ਐਂ ਕਰ, ਇੱਕ ਕੱਪ ਲਿਆ, ਉਹਦੇ 2000 ਬਦਾਮ ਸੈੱਟ ਅਤੇ ਮਿੱਠਾ ਸੈੱਟ ਅਤੇ ਇਹਦੇ 'ਚ ਇੱਕ ਕੱਪ ਭਰ ਕੇ ਮੈਨੂੰ ਪਿਆ ਦੇ। ਹਾਂ ਕਿਉਂ, ਕੀ ਗੱਲ, ਫੇਰ ਗੱਲ ਬਣਦੀ ਵੇਖ, ਬਹੁਤ ਸਵਾਲ ਲੱਗੂ ਇਹ। ਤੁਸੀਂ ਫੋਨ ਦੇ ਦੇਖੀ, ਇਹਨੂੰ ਥੱਲੇ ਲਾ ਦੇਣਾ ਗਾ ਜੇ ਮੈਂ ਫੋਨ ਨਾ ਦਿੰਦਾ, ਫਿਰ ਤੇਜ਼ ਹੋ ਜਾਣੀ ਸੀ ਅੱਜ, ਤੇ ਫਿਰ ਧਿਆਨ ਨਹੀਂ ਦਿੰਦੇ ਤੁਸੀਂ। ਜਦੋਂ ਇੱਕ ਗਲਾਸ ਲਿਆ ਕੱਢ ਕੇ ਕਾ ਗਰਮ ਗਰਮ ਇੱਕ ਗਲਾਸ ਸਿੱਟ ਕੇ ਅੰਦਰ, ਫੇਰ ਵੇਖਾਂ ਵੀ ਬਚ ਗਿਆ। ਲਓ ਬਈ ਆਪਾਂ ਹੁਣ ਹਾਂ ਹਾਂ ਦੁੱਧ ਅੱਧਾ ਰਹਿ ਗਿਆ ਕੜ ਕੜ, ਅਤੇ ਇਹਦਾ ਹੁਣ ਇੱਕ ਗਲਾਸ ਪਹਿਲਾਂ ਪੀਵਾਂਗੇ ਕਿਉਂਕਿ ਇਹਦਾ ਟੇਸਟ ਹੀ ਅਲੱਗ ਹੁੰਦਾ। ਅਤੇ ਮੈਂ ਹਮੇਸ਼ਾ ਪਤਾ ਨਹੀਂ, ਮੈਂ ਜਦੋਂ ਵੀ ਕਦੇ ਖੋਆ ਬਣੇ ਮਾਤਾ, ਚਲੋ ਹਜੇ ਤਾਂ ਥੋੜ੍ਹਾ ਜਿਹਾ ਘੱਟ ਸੰਘਣਾ, ਪਰ ਇਦੋਂ ਵੀ ਫੁੱਲ ਸੰਘਣਾ ਹੋ ਜਾਂਦਾ ਜਦੋਂ ਅੱਧ ਖੋਆ ਜਾ ਉਦੋਂ ਪੀਣ ਦਿੰਦੇ ਆ। ਬਸ ਪਾਉਣਾ ਇੱਕ ਕੱਪ ਬਹੁਤ ਹੈ, ਫਿਰ ਬਾਹਲਾ ਤੰਗ ਕਰਦਾ। ਇਹਦੇ 'ਚ ਹੁਣ ਵਿੱਚ ਪਾਲੇ ਡਰਾਈ ਫਰੂਟ ਅਤੇ ਇੱਕ ਗੁੜ ਦੀ ਡਲੀ, ਕਿਉਂਕਿ ਅਸੀਂ ਖੰਡ ਨਹੀਂ ਪਾਉਂਦੇ, ਅਸੀਂ ਗੁੜੀ ਹਮੇਸ਼ਾ ਚਾਹ 'ਚ ਵੀ ਅਤੇ ਦੁੱਧ 'ਚ ਵੀ ਗੁੜੀ ਪੀਂਦੇ ਹਾਂ, ਖੰਡ ਨਹੀਂ ਪਾਈ। ਅਤੇ ਹੁਣ ਥੋੜ੍ਹਾ ਜਿਹਾ ਠੰਡਾ ਕਰਕੇ ਫਿਰ ਇਹਨੂੰ ਪੀਵਾਂਗੇ। ਦੁੱਧ ਹੁਣ ਕਾਫੀ ਸੰਘਣਾ ਹੋ ਚੁੱਕਿਆ ਅਤੇ ਟਾਈਮ ਵੀ 8:30 ਦਾ ਹੋ ਚੁੱਕਿਆ ਅਤੇ ਆਪਾਂ ਥੋੜ੍ਹੀ ਜਿਹੀ ਅੱਗ ਵੀ ਹੁਣ ਘੱਟ ਕਰ ਲਈ ਹੈ ਅਤੇ ਹੁਣ
ਉਹਨੂੰ ਮੰਮੀ ਹਜੇ ਕਿੰਨਾ ਟਾਈਮ ਲੱਗੂ ਘੰਟਾ ਲੱਗ ਗਿਆ ਹਜੇ ਇਹਨੂੰ ਘੰਟਾ ਲੱਗ ਜਾਣਾ ਕਮਲ ਮੈਚ ਦੇਖ ਰਿਹਾ ਅਤੇ ਡੈਡੀ ਪੈ ਗਏ ਆ ਅਤੇ ਮੇਰੇ ਮੰਮੀ ਇੱਥੇ ਬੈਠੇ ਨੇ ਦੇਖ ਸਕਦੇ ਹਾਂਜੀ ਦੇਖ ਸਕਦੇ ਹੋ ਤੁਸੀਂ ਆਪਣਾ ਖੋਆ ਬਣਨ ਲਈ ਤਿਆਰ ਆ ਅਤੇ ਹੁਣ ਆਪਾਂ ਐਡ ਕਰਾਂਗੇ ਦੇਸੀ ਘਿਓ ਕਿੰਨਾ ਕੁ ਪਾਉਣਾ ਗਾ ਬਸ ਜੀ ਆਪਣਾ ਖੋਆ ਬਸ ਤਿਆਰ ਹੋ ਚੁੱਕਿਆ ਅਤੇ ਹੁਣ ਆਪਾਂ ਬਾਕੀ ਜੋ ਰਹਿ ਗਿਆ ਉਹ ਆਪਾਂ ਸੋਆ ਕਰਾਂਗੇ ਇਹਦਾ ਇੱਦਾਂ ਹੀ ਇਹਨੂੰ ਆਪਾਂ ਰੱਖ ਲਵਾਂਗੇ ਅਤੇ ਸੋਆ ਇਹਨੂੰ ਗਰਮ ਕਰਕੇ ਇਹਦੇ ਵਿੱਚ ਬੇਸਣ ਡਰਾਈ ਫਰੂਟ ਅਤੇ ਖੰਡ ਵਗੈਰਾ ਪਾਵਾਂਗੇ ਅਤੇ ਕਿਉਂਕਿ ਹੁਣ 9:30 ਹੋ ਚੁੱਕੇ ਆ ਅਤੇ ਜੇ ਆਪਾਂ ਲੱਗ ਗਏ ਤਾਂ ਲੇਟ ਹੋ ਜੂ ਕਾਫੀ ਸੋ ਬਾਕੀ ਹੁਣ ਮੰਮੀ ਵੀ ਥੱਕ ਗਏ ਆ ਮੇਰੀਆਂ ਬਾਹਾਂ ਵੀ ਦੁਖਣ ਲੱਗ ਗਈਆਂ ਦੇਖ ਸਕਦੇ ਹੋ ਤੁਸੀਂ ਅਤੇ ਬਾਕੀ ਦਾ ਆਪਾਂ ਜੋ ਇਹਦਾ ਪ੍ਰੋਸੀਜਰ ਰਹਿ ਗਿਆ ਉਹ ਆਪਾਂ ਸੁਬਹਾ ਕਰਾਂਗੇ ਚਲੋ ਫਿਰ ਆਪਾਂ ਸੁਬਹਾ ਮਿਲਦੇ ਹਾਂ ਮੋਰਨਿੰਗ ਸਾਰਿਆਂ ਨੂੰ ਸਵੇਰ ਹੋ ਚੁੱਕੀ ਆ ਅਤੇ ਆਪਾਂ ਦੁਬਾਰੇ ਕੜਾਹੀ ਰੱਖ ਲਈ ਹੈ ਅਤੇ ਹੁਣ ਆਪਾਂ ਪਹਿਲਾਂ ਖੋਏ ਨੂੰ ਗਰਮ ਕਰਦੇ ਹਾਂ ਅਤੇ ਉਹਦੇ ਵਿੱਚ ਜੋ ਵੀ ਆਪਾਂ ਪਾਉਣਾਗਾ ਡਰਾਈ ਫਰੂਟ ਵਗੈਰਾ ਪਾਵਾਂਗੇ ਪਹਿਲਾਂ ਖੋਆ ਆਪਾਂ ਗਰਮ ਕਰਦੇ ਹਾਂ ਖੋਆ ਹੋ ਚੁੱਕਿਆ ਗਰਮ ਉਹਨਾਂ ਨੂੰ ਆਪਾਂ ਕੱਢਦੇ ਹਾਂ ਕਿਸੇ ਬਰਤਨ ਦੇ ਵਿੱਚ ਅਤੇ ਫਿਰ ਇਹਦੇ ਵਿੱਚ ਆਪਾਂ ਬੇਸਣ ਐਡ ਕਰਦੇ ਹਾਂ ਖੋਆ ਇਹਦੇ ਵਿੱਚ ਛੋਟੀ ਕੜਾਹੀ 'ਚ ਕੱਢਤਾ ਗਰਮ ਕਰਕੇ ਪੂਰੀ ਤਰ੍ਹਾਂ ਅਤੇ ਹੁਣ ਆਪਾਂ ਕੜਾਹੀ ਦੇ ਵਿੱਚ ਘਿਓ ਪਾ ਲਿਆ ਛਾਣ ਲਓ ਛਾਣ ਨਹੀਂ ਉੱਥੇ ਪਈ ਹੈ ਲਓ ਜੀ ਕੜਾਹੀ ਦੇ ਵਿੱਚ ਆਪਾਂ ਘਿਓ ਪਾ ਲਿਆ ਹੁਣ ਆਪਾਂ ਬੇਸਣ ਨੂੰ ਭੁੰਨਾਂਗੇ ਇਹਨੂੰ ਵਿੱਚੋਂ ਬੇਸਣ ਨੂੰ ਛਾਣ ਕੇ ਪਾਵਾਂਗੇ ਕਿਉਂਕਿ ਇਹਦੇ ਵਿੱਚ ਗੰਢਾਂ ਵਗੈਰਾ ਹੁੰਦੀਆਂ ਕਈ ਵਾਰ ਹੱਥਾਂ ਜਿਹਾਂ ਨਾਲ ਗੰਢਾਂ ਜਿਹਾਂ ਨਾਲ ਕਰ ਦਿਓ ਅਬੂ ਨਾਵਤ ਇਹਨੂੰ ਸਾਰੇ ਕਾਸੇ ਨੂੰ ਨਾ ਇਕੱਠਾ ਕਰਕੇ ਉੱਥੇ ਰੱਖਿਆ ਉਹ ਬੇਸਣ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਨਹੀਂ ਤਾਂ ਇਹ ਲਾਲ ਨਹੀਂ ਹੋ ਜਾਂਦਾ ਲਾਲ ਮਤਲਬ ਬਰਾਊਨ ਜਿਹਾ ਨਹੀਂ ਹੋ ਜਾਂਦਾ ਤਾਂ ਆਪਾਂ ਇਹਦੇ ਵਿੱਚ ਖੋਆ ਨਹੀਂ ਐਡ ਕਰਾਂਗੇ ਭੁੰਨਾਂਗੇ ਆਪਣਾ ਬੇਸਣ ਹੋ ਚੁੱਕਿਆ ਬਰਾਊਨ ਅਤੇ ਹੁਣ ਆਪਾਂ ਇਹਦੇ ਵਿੱਚ ਖੋਆ ਐਡ ਕਰਾਂਗੇ ਅਤੇ ਨਾਲੇ ਇਹਦੀ ਸਮੈਲ ਵੀ ਆਪਾਂ ਨੂੰ ਆਉਣ ਲੱਗ ਗਈ ਆ ਇਹਨੂੰ ਕੜਾਹੀ ਨੂੰ ਥੱਲੇ ਲਾ ਕੇ ਬਣਾਵਾਂਗੇ ਹੁਣ ਆਪਾਂ ਇਹਦੇ ਵਿੱਚ ਛੋਟੀ ਕੜਾਹੀ ਵਾਲਾ ਖੋਆ ਐਡ ਕਰਤਾ ਅਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਵਿੱਚ ਕੜਾਹੀ ਨੂੰ ਥੱਲੇ ਲਾ ਲਓ ਮੰਮੀ ਇਹਦਾ ਕਲਰ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੋਇਆ ਬਰਾਊਨ ਬਰਾਊਨ ਇਹ ਖੰਡ ਬਾਹਲੀ ਹੋਊਗੀ ਬਾਹਲਾ ਮਿੱਠਾ ਨਹੀਂ ਕਰਨਾ ਹਾਂ ਬਾਹਲਾ ਮਿੱਠਾ ਨਹੀਂ ਕਰਨਾ ਹਾਂਜੀ ਹੁਣ ਆਪਾਂ ਕੜਾਹੀ ਲਾ ਲਈ ਹੈ ਥੱਲਿਓ ਬਾਕੀ ਆਪਾਂ ਇਹਦੇ ਵਿੱਚ ਐਡ ਕਰਦੇ ਹਾਂ ਖੰਡ ਵੈਸੇ ਆਪਾਂ 5 ਕਿਲੋ ਖੰਡ ਰੱਖੀ ਹੋਈ ਸੀ ਪਰ ਆਪਾਂ ਕਿਲੋ ਤੋਂ ਘੱਟ ਹੀ ਪਾਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਕਰਦੇ ਹਾਂ ਮਿਕਸ ਆਪਾਂ ਇਹਨੂੰ ਕਰਦੇ ਹਾਂ ਚੰਗੀ ਤਰ੍ਹਾਂ ਮਿਕਸ ਖੰਡ ਨੂੰ ਖੋਏ ਦੇ ਵਿੱਚ ਕਲਰ ਬਹੁਤ ਪਿਆਰਾ ਬਣਿਆਗਾ ਪੁੱਤੇ ਹੀ ਖੋਆ ਹੈਗਾ ਪ੍ਰਸ਼ਾਦ ਨਹੀਂ ਹੈਗਾ ਆਪਾਂ ਇਹਦੇ 'ਚ ਐਡ ਕਰਦੇ ਹਾਂ ਡਰਾਈ ਫਰੂਟ ਲਓ ਜੀ
ਡਰਾਈ ਫਰੂਟ ਆਪਾਂ ਇਹਦੇ ਚ ਐਡ ਕਰਦੇ ਆ। ਮਾੜਾ ਭਾਵਾਂ ਨਾ ਮੁੰਡਾ ਖਾ ਵੇ ਭੈਣੇ, ਕੱਢ ਲੈਂਦੀ ਅੱਧ ਭੋਰਾ। ਚੱਲ ਕੋਈ ਨਾ, ਸੰਗਤਾਂ ਇੱਧਰ ਬਾਟੀਆਂ ਲੈ ਲੈ ਕੇ ਪਹੁੰਚ ਗਈਆਂ। ਹੁਣ ਇਹਦੀਆਂ ਪਿੰਨੀਆਂ ਬਣਾਉਣੀਆਂ ਕਿ ਬਰਫੀਆਂ ਕੀ ਬਣਾਉਣੀਆਂ? ਥਾਲ ਚ ਪਾ ਕੇ ਕੱਟ ਲਾਂ ਵਿੱਚ ਇਹਦੀਆਂ ਪਿੰਨਾਂ ਬਰਫੀਆਂ ਬਣਾਵਾਂਗੇ ਤੇ ਇੱਕ ਥਾਲੀ ਦੇ ਵਿੱਚ ਆਪਾਂ ਪਿੰਨੀਆਂ ਬਣਾਵਾਂਗੇ। ਪਿੰਨੀਆਂ ਦੀਆਂ ਹੁਣੀ ਬਣਨ ਗਰਮ ਗਰਮ ਦੀਆਂ। ਖੋਏ ਦੀਆਂ ਆਪਾਂ ਪਿੰਨੀਆਂ ਬਣਾਉਣੀਆਂ ਕਰਤੀਆਂ ਸ਼ੁਰੂ। ਨਹੀਂ ਨਹੀਂ ਗਰਮ ਦੀਆਂ ਹੀ ਬਣਨਗੀਆਂ, ਦੇਖ ਸਕਦੇ ਹੋ ਤੁਸੀਂ। ਲਓ ਜੀ ਪਿੰਨੀਆਂ ਆਪਾਂ ਬਣਾਉਣੀਆਂ, ਦਿਖਾਉਣੀਆਂ ਤੁਹਾਨੂੰ। ਜਦ ਮੇਰੇ ਕੱਪੜੇ ਪ੍ਰੈਸ ਕਰਨ ਵਾਲੇ ਪਏ ਸੀ ਜਾਣਾ, ਤੁਹਾਨੂੰ ਪਤਾ ਨਾ। ਆਪਾਂ ਕੱਟੀਆਂ ਖੋਏ ਦੀਆਂ ਟਿੱਕੀਆਂ, ਇਹ ਬੇਸਣ ਪਾਉਣ ਕਰਕੇ ਥੋੜ੍ਹਾ ਜਿਹਾ ਭੁਰਭਰਾ ਬਣਿਆ ਗਾ। ਅਤੇ ਇੱਧਰ ਆਪਾਂ ਬਣਾਈਆਂ ਹੋਈਆਂ ਪਿੰਨੀਆਂ, ਖੋਆ ਆਪਣਾ ਬਹੁਤ ਜ਼ਿਆਦਾ ਯੰਮੀ ਬਣਿਆ ਗਾ, ਦੇਖ ਸਕਦੇ ਹੋ ਤੁਸੀਂ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਿਓ। ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ, ਬਾਏ ਬਾਏ।